ਉਂਝ ਤਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕਾਨੂੰਨ ਦੀ ਸੁਰੱਖਿਆ ਦੀ ਗੱਲ ਕਰਦੀ ਹੈ, ਪਰ ਦੂਜੇ ਪਾਸੇ ਕੱਲ੍ਹ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਸਾਹਮਣੇ ਕਪੂਰਥਲਾ ਦੇ ਵਿੱਚ ਤਕਰੀਬਨ 11 ਸਾਲ ਦੇ ਬੱਚੇ ਤੋਂ ਚਾਈਲਡ ਲੇਬਰ ਕਰਵਾਈ ਗਈ। ਲੇਕਿਨ ਉਸ ਸਮੇਂ 'ਤੇ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਉਸ ਬੱਚੇ ਨੂੰ ਕੰਮ ਤੋਂ ਨਹੀਂ ਰੋਕਿਆ। ਦੱਸ ਦਈਏ ਕਿ ਕੱਲ੍ਹ ਕਪੂਰਥਲਾ ਦੇ ਵਿੱਚ ਪੰਜਾਬ ਆਮ ਆਦਮੀ ਪਾਰਟੀ ਯੋਜਨਾ ਕਮੇਟੀ ਦੇ ਚੇਅਰਮੈਨ ਲਲਿਤ ਸਕਲਾਨੀ ਨੇ ਆਪਣਾ ਅਹੁਦਾ ਸੰਭਾਲਿਆ ਹੈ ਅਤੇ ਇਸ ਸਮਾਗਮ ਦੇ ਵਿੱਚ ਜਦੋਂ ਖੁਸ਼ੀ ਦੇ ਵਿੱਚ ਢੋਲ ਬਾਜੇ ਬਜਾਏ ਜਾ ਰਹੇ ਸੀ ਤਾਂ ਉਸ ਸਮੇਂ ਇੱਕ 11 ਸਾਲ ਦਾ ਲੜਕਾ ਵੀ ਉੱਥੇ ਢੋਲ ਬਜਾ ਰਿਹਾ ਸੀ। ਪਰ ਆਮ ਆਦਮੀ ਪਾਰਟੀ ਦੇ ਆਗੂ ਆਪਣੀ ਖੁਸ਼ੀ ਦੇ ਵਿੱਚ ਇੰਨੇ ਮਗਨ ਸਨ ਕਿ ਉਹਨਾਂ ਦੇ ਵੱਲੋਂ ਇਸ ਬੱਚੇ ਦੇ ਵੱਲ ਧਿਆਨ ਹੀ ਨਹੀਂ ਗਿਆ। ਖੁਸ਼ੀਆਂ ਦਾ ਮਾਹੌਲ ਸੀਗਾ, ਲੇਕਿਨ ਉਹਦੇ 'ਚ ਕੁਛ ਕਮੀਆਂ ਸੀਗੀਆਂ, ਜਿੱਦਾਂ ਕਿ ਇੱਕ 11 ਸਾਲ ਦੇ ਬੱਚੇ ਕੋਲ ਢੋਲ ਵਜਾ ਕੇ ਲੇਬਰ ਚਾਈਲਡ ਕਰਾਈ ਗਈ। ਕੀ ਕਹਿਣਾ ਚਾਹੋਗੇ ਇਹੋ ਜਿਹੇ ਫੰਕਸ਼ਨ 'ਤੇ ਇਹੋ ਜਿਹੇ ਕੰਮ ਹੋਣੇ ਚਾਹੀਦੇ, ਨਹੀਂ ਹੋਣੇ ਚਾਹੀਦੇ? ਮੈਂ ਇਹ ਮੇਰੀ ਨੌਲੇਜ 'ਚ ਨਹੀਂ ਹੈ ਸਰ, ਠੀਕ ਹੈ ਜੀ, ਮੈਂ ਨਹੀਂ ਦੇਖਿਆ। ਜੇ ਮੇਰੀ ਨੌਲੇਜ 'ਚ ਹੁੰਦਾ ਤਾਂ ਬਿਲਕੁਲ ਨਹੀਂ ਹੁੰਦਾ। ਲੇਬਰ ਚਾਈਲਡ ਲਈ ਤਾਂ ਕਈ ਵਾਰ ਅਸੀਂ ਆਪਣੇ ਘਰ ਦੇ ਵਿੱਚ ਵੀ ਕਈ ਕੰਮ ਕਰਦੇ ਹਾਂ ਜੀ, ਉਹਨੂੰ ਆਪਾਂ ਲੇਬਰ ਚਾਈਲਡ ਨਹੀਂ ਕਹਿ ਸਕਦੇ। ਕਈ ਵਾਰੀ ਕੋਈ ਆਪਣਾ ਆਰਟ ਵੀ ਦਿਖਾਉਣ ਆ ਜਾਂਦਾ ਹੈਗਾ ਵਾ ਮੈਡਮ। ਆਰਟ ਮੈਡਮ, ਆਰਟ ਸਰਕਾਰੀ ਪ੍ਰੋਗਰਾਮਾਂ 'ਤੇ ਆਰਟ ਨਹੀਂ ਹੁੰਦਾ ਜੀ ਕੋਈ ਵੀ। ਦੇਖੋ ਇਹ ਚੀਜ਼ ਨੂੰ ਤੁਸੀਂ ਇਗਨੋਰ ਨਾ ਕਰੋ, ਸਰਕਾਰੀ ਪ੍ਰੋਗਰਾਮ 'ਤੇ ਕੋਈ ਆਰਟ ਨਹੀਂ ਹੁੰਦਾ। ਮੇਰੀ ਨੌਲੇਜ 'ਚ ਨਹੀਂ ਹੈ ਇਹ ਗੱਲ, ਮੈਂ ਉਹਦੇ ਬਾਰੇ ਨਹੀਂ। ਨਹੀਂ ਜੀ ਮੈਂ ਨਹੀਂ ਦੇਖ, ਜੇ ਮੈਂ ਦੇਖਿਆ ਹੁੰਦਾ ਨਾ ਤਾਂ ਏਦਾਂ ਨਹੀਂ ਹੁੰਦਾ। ਹਾਂਜੀ ਬਹੁਤ ਏਡਾ ਵੱਡਾ ਲਾਈਵ ਟੇਸ ਚੈਨਲ ਦੇ ਲਈ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ।